ਭਗਤ ਸਿੰਘ ਜੀ ਬਣੇ ਸਨ ਅਤੇ ਕੋਈ ਦੇਸ਼ ਪ੍ਰੇਮੀ ਬਣੇ ਸਨ। ਜਵਾਹਰ ਲਾਲ ਨਹਿਰੂ ਜੀ ਤਾਂ ਹੈ ਹੀ ਹੈ। ਔਰ ਉਹ ਸੰਦੇਸ਼ ਇਹਨਾਂ ਨੇ ਕੀ ਦਿੱਤਾ, ਜਿਹੜੇ ਬੱਚੇ ਸਾਡੇ ਕੋਲ ਆਏ ਸਨ ਉਹਨੇ ਸੰਦੇਸ਼ ਕੀ ਦਿੱਤਾ ਕਿ ਸਾਨੂੰ ਇਸ ਆਜ਼ਾਦੀ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ। ਜਿਵੇਂ ਅਕਸਰ ਬੱਚਿਓ ਤੁਹਾਨੂੰ ਮੈਂ ਕਿਹਾ ਕਰਦਾ ਕਿ ਤੁਹਾਡੇ ਮੋਢਿਆਂ 'ਤੇ ਆਉਣ ਵਾਲੇ ਭਾਰਤ ਦਾ ਸਾਰਾ ਹਿਸਾਬ-ਕਿਤਾਬ ਆ। ਪੂਰੀ ਜਨਰੇਸ਼ਨ ਜਿਹੜੀ ਹੈਗੀ ਆ ਨਵ ਭਾਰਤ ਨਿਰਮਾਣ ਕਰਨ ਵਾਲੀ ਆ। ਜਿਹੋ ਜਿਹੇ ਤੁਸੀਂ ਹੋਵੋਗੇ ਵਧੀਆ, ਉਦਾਂ ਦਾ ਹੀ ਸਾਡਾ ਭਾਰਤ ਵਰਸ਼ ਵਧੀਆ ਬਣੇਗਾ। ਸੋ ਆਜ਼ਾਦੀ ਐਵੇਂ ਨਹੀਂ ਮਿਲੀ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਜਾਨਾਂ ਦਿੱਤੀਆਂ। ਸਾਡੇ ਦੇਸ਼ ਪ੍ਰੇਮੀਆਂ ਨੇ ਜਾਨਾਂ ਦੇ ਕੇ ਇਹ ਆਜ਼ਾਦੀ ਪ੍ਰਾਪਤ ਕੀਤੀ ਆ। ਸੋ ਤੁਹਾਨੂੰ ਤੁਹਾਡੇ ਵਿੱਚ ਵੀ ਬਹੁਤ ਸਾਰੇ ਦੇਸ਼ ਭਗਤ ਹੋਣਗੇ, ਬਹੁਤ ਸਾਰੇ ਦੇਸ਼ ਭਗਤ ਹੈਗੇ ਨੇ, ਸੂਰਵੀਰ ਬਹਾਦਰ ਹੈਗੇ ਨੇ ਔਰ ਸਾਇੰਸਦਾਨ ਹੈਗੇ ਨੇ ਕਰਨ ਜਾ ਰਹੇ ਆ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹੀ ਆ ਕਿ ਸਟੇਜ 'ਤੇ ਆਉਣਾ ਕੋਈ ਨਿੱਕੀ ਜਿਹੀ ਗੱਲ ਨਹੀਂ। ਔਰ ਮੈਨੂੰ ਡਰ ਲੱਗਦਾ ਸੀ ਵਿਚਾਰੇ ਗਾਂਧੀ ਜੀ ਨੂੰ, ਜਿਵੇਂ ਉਹਦੇ ਕੱਪੜੇ ਵਗੈਰਾ ਸੱਚੀ ਮੁੱਚੀ ਪੂਰਾ। ਸੋ ਬਹੁਤ ਵਧੀਆ ਆ, ਸਾਡੇ ਟੀਚਰ ਸਾਹਿਬਾਨ ਨੇ ਵੀ ਕੀਤਾ। ਅਗਲੀ ਆਈਟਮ ਹਾਂਜੀ ਕਿਹੜੀ ਹੈ?
ਮੋਟੀ।